वाहिगुरु जी का खालसा, वाहिगुरु जी की फतेह। सचखंड श्री हरिमंदर साहब विखे एक नाम नूं व्यक्ति वलों सोदर दा पाठ ग्रंथी सिंह जिले कर रहे सीगे, ते उस वेले संगत दे नाल अंदर एंटर होया और उन्हें इमीजिएट जंगला टप के गुरु पातशाह जी दे सन्मुख श्री साहब नूं जाके हाथ पाया। उसो श्री साहब चक लई, सेवादार साडे जिहड़े सीगे ਉਹ ਕਿਉਂਕਿ ਸੋਦਰ ਦਾ ਪਾਠ ਹੁੰਦਾ ਅਤੇ ਅੰਦਰ ਹੁੰਦੇ ਕੈ ਆਪਣੇ ਜੰਗਲੇ ਦੇ, ਉਹ ਸਾਰੇ ਬੈਠੇ ਸੀ ਅਤੇ ਉਹਨਾਂ ਨੇ ਫਿਰ ਤੁਰੰਤ ਇਹਨੂੰ ਜਿਹੜਾ ਆ ਬੰਦੇ ਨੂੰ ਕਾਬੂ ਕੀਤਾ, ਕਾਬੂ ਕਰਕੇ ਜੰਗਲੇ ਤੋਂ ਬਾਹਰ ਸਿੱਟਿਆ। ਪਰ ਮੈਂ ਸ਼ੁਕਰ ਗੁਜ਼ਾਰ ਹਾਂ ਉਹਨਾਂ ਸੇਵਾਦਾਰਾਂ ਦਾ ਵੀ, ਅਰਦਾਸੀਆਂ ਸਿੰਘਾਂ ਦਾ ਵੀ, ਅਤੇ ਚੌੜ ਬਰਦਾਰ ਦਾ ਵੀ ਜਿਹਨੇ ਉਹਨੂੰ ਕਾਬੂ ਕੀਤਾ। ਅਤੇ ਦੂਸਰੇ ਤੌਰ 'ਤੇ ਇੱਕ ਮਰਿਆਦਾ ਦਾ ਉਲੰਘਣ ਹੋ ਜਾਣਾ ਸੀ। ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਹੁਣੀ ਇਸ਼ਾਰਾ ਤਾਂ ਕੀਤਾ ਵੀ ਜਿੱਦਾਂ ਆਪਾਂ ਕਹੀਦਾ ਵੀ ਫੜ ਲਓ, ਪਰ ਉਹਨੇ ਸੋਦਰ ਦੇ ਪਾਠ ਦੇ ਵਿੱਚ ਖੰਡਿਤ ਨਹੀਂ ਹੋਣ ਦਿੱਤਾ। ਸੋ ਉਹ ਅੰਦਰਲਾ ਪ੍ਰਬੰਧ ਜਿਹੜਾ ਸੀਗਾ, ਉਹ ਸਾਰੇ ਪ੍ਰਬੰਧ ਨੇ ਵੱਡੀ ਜਿਹੜੀ ਅੱਜ ਬੇਅਦਬੀ ਕਰਨ ਦੀ ਨੀਤ ਨਾਲ ਇਹ ਮੁੰਡਾ ਮੰਦਰ ਪੜਿਆ, ਉਹ ਮੌਕੇ ਦੇ ਉੱਤੇ ਆਪਣਾ ਗੁਰੂ ਪ੍ਰਤੀ ਵਫਾਦਾਰੀ ਉਹਦਾ ਪ੍ਰਗਟਾਵਾ ਨਿਭਾਈ ਵੀ ਆ। ਅਤੇ ਫਿਰ ਉਹ ਤੋਂ ਬਾਅਦ ਇਹ ਚੱਕ ਕੇ ਇਹਨੂੰ ਜੰਗਲੇ ਤੋਂ ਬਾਹਰ ਸਿੱਟਿਆ। ਅਤੇ ਮੈਂ ਸਮਝਦਾ ਸੰਗਤ ਵੀ ਜਿਹੜੀ ਉਹਨੂੰ ਮੈਂ ਅਪੀਲ ਕਰਦਾ ਕਿ ਅੱਜ ਇਹ ਬੜੀ ਵੱਡੀ ਸੋਚੀ ਸਮਝੀ ਸਾਜਿਸ਼ ਤਹਿਤ ਆਇਆ, ਅਸੀਂ ਇਹਦੀ ਡੰਗਾਈ ਦੇ ਨਾਲ CCTV ਫੁਟਿੰਗ ਤੋਂ ਮੁੰਡੇ ਲਾਏ ਆ ਸਾਰੇ, ਵੀ ਤੁਸੀਂ ਜਾ ਕੇ ਇਹਦੀ ਸਵੇਰ ਤੋਂ ਦੇਖੋ ਕਦੋਂ ਦਾ ਇਹ ਬੜਿਆ, ਕਿੰਨੇ ਵਜੇ ਐਂਟਰ ਹੋਇਆ, ਕਿੰਨੇ ਵਜੇ ਇਹਦੇ ਨਾਲ ਕੋਈ ਹੋਰ ਬੰਦਾ ਆਇਆ, ਉਹ ਸਾਰੀ ਤਹਿਕੀਕਾਤ ਕਰਾਂਗੇ। ਅਤੇ ਪੁਲਿਸ ਨੂੰ ਵੀ ਬੇਨਤੀ ਕਰਦੇ ਹਾਂ ਵੀ ਇਹ ਪਤਾ ਕਰੋ ਇਹਦਾ ਅੱਗਾ ਪਿੱਛਾ ਕਿੱਥੋਂ ਆ, ਤਾਂ ਕਿ ਸੱਚ ਲੋਕਾਂ ਦੇ ਸਾਹਮਣੇ ਆਵੇ। ਅਤੇ ਮੈਂ ਇਹ ਚੰਗਾ ਜਿਹੜਾ ਅੱਜ ਪ੍ਰਬੰਧ ਸਾਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਉਹ ਪ੍ਰਬੰਧ ਦੇ ਵਿੱਚ ਜੇ ਢਲਿਆਈ ਹੁੰਦੀ ਤਾਂ ਸ਼ਾਇਦ ਇਹ ਬੰਦਾ ਅੱਜ ਮੇਰਾ ਖਿਆਲ ਕੋਈ ਹੋਰ ਘਟਨਾ ਨੂੰ ਇਲਜ਼ਾਮ ਦੇ ਦਿੰਦਾ। ਪਰ ਗੁਰੂ ਸਾਹਿਬ ਦੇ ਸ਼ੁਕਰ ਗੁਜ਼ਾਰ ਹਾਂ, ਸਤਿਗੁਰੂ ਜੀ ਨੇ ਬੇਅਦਬੀ ਹੋਣੋਂ ਬਚਾ ਲਈ, ਇਹਨੇ ਕੋਈ ਕਸਰ ਨਹੀਂ ਛੱਡੀ। ਸਿੰਘ ਸਾਹਿਬਾਂ ਨੇ ਰਹਿ ਰਸੋ ਦਾ ਰਹਿ ਰਾਹ ਦਾ ਪਾਠ ਨਹੀਂ ਖੰਡਿਤ ਹੋਣ ਦਿੱਤਾ। ਅਤੇ ਸਰਕਾਰ ਤੋਂ ਮੈਂ ਮੰਗ ਕਰਦਾ, ਪਹਿਲਾਂ ਵੀ ਇੱਕ ਦਿਨ ਦੋ ਦਿਨ ਪਹਿਲਾਂ ਘਟਨਾ ਹੋਈ, ਉਦਣ ਵੀ ਉਹ ਸਾਡੇ ਟਾਸਕ ਫੋਰਸ ਨੇ ਇਮੀਜੀਏਟ ਉਹ ਜਿਹੜਾ ਮੁਲਜ਼ਮ ਸੀਗਾ ਕਾਬੂ ਕੀਤਾ। ਅਤੇ ਮੈਂ ਆਪ ਵੀ ਉਸ ਵੇਲੇ ਮੌਕੇ 'ਤੇ ਪਹੁੰਚਾਂ ਅਤੇ ਅਸੀਂ ਉਹਨੂੰ ਪੁੱਛ ਪੜਤੀੜ ਕਰਦੇ ਰਹੇ, ਸਾਡੇ ਅਧਿਕਾਰੀ ਸਾਰੇ ਉਸੇ ਮੌਕੇ 'ਤੇ ਆ ਗਏ ਅਤੇ ਉਹਨੇ ਕੋਈ ਗੱਲ ਨਹੀਂ ਕੀਤੀ, ਇੱਕੋ ਹੀ ਗੱਲ ਕਹਿੰਦਾ ਰਿਹਾ ਜੀ ਮੈਨੂੰ ਮੇਰੀ ਸਜ਼ਾ ਮਿਲ ਗਈ। ਸੋ ਇਹ ਮੈਂ ਸਮਝਦਾ ਬੜੀ ਵੱਡੀ ਇੱਕ ਸਾਜਿਸ਼ ਹੋ ਰਹੀ ਆ। ਪਰ ਸੰਗਤ ਨੂੰ ਬੇਨਤੀ ਕਰਦਾ ਕਿ ਗੁਰੂ ਸਾਹਿਬ ਕਿਰਪਾ ਕਰਨ, ਆਪਾਂ ਜਜ਼ਬਾਤਾਂ ਦੇ ਵਿੱਚ ਨਹੀਂ ਆ ਕੇ ਕਰਨਾ। ਜਿਹੜਾ ਉਹਨੇ ਉੱਥੇ ਜ਼ੁਲਮ ਕੀਤਾ ਉਹਦੀ ਗੁਰੂ ਸਾਹਿਬ ਨੇ ਆਪ ਹੀ ਉਹਨੂੰ ਸਜ਼ਾ ਦੇ ਦਿੱਤੀ ਆ। ਅਤੇ ਮੈਂ ਸਰਕਾਰ ਤੋਂ ਵੀ ਮੰਗ ਕਰਦਾ ਕਿ ਤੁਸੀਂ ਜੇ ਇਹ ਨਾ ਇਨਸਾਫ ਨੂੰ ਠੱਲ ਪਾਈ ਤਾਂ ਫਿਰ ਲੋਕ ਇਨਸਾਫ ਆਪ ਹੀ ਦੇ ਦਿੰਦੇ ਆ, ਅਤੇ ਜਿਹੜੀ ਗੁਰੂ ਦੀ ਕਚਹਿਰੀ ਦੀ ਸਜ਼ਾ ਆ ਇਹ ਤਾਂ ਫਿਰ ਆਪਾਂ ਜਾਣਦੇ ਹੀ ਹਾਂ, ਤੋੜ ਤੱਕੇ ਚੱਲਦੀ ਆ। ਸੋ ਗੁਰੂ ਸਾਹਿਬ ਕਿਰਪਾ ਕਰਨ, ਬਖਸ਼ਿਸ਼ ਕਰਨ, ਸੰਗਤ ਨੂੰ ਤਹਿ ਦਿਲੋਂ ਮੈਂ ਇਹ ਬੇਨਤੀ ਕਰਦਾ ਕਿ ਕਈ ਵਾਰੀ ਮੀਡੀਆ ਰਾਹੀਂ ਜਾਂ ਹੋਰ ਰਾਹੀਂ ਸਾਰਾ CCTV ਫੁਟਿੰਗ ਦੇ ਵਿੱਚ ਲਾਈਵ ਟੈਲੀਕਾਸਟ ਚੱਲਦਾ ਸੀ, ਉਹ ਸਾਰਾ ਲਾਈਵ ਟੈਲੀਕਾਸਟ ਆਪਾਂ ਦੇਖਿਆ ਆ ਵੀ ਕਿਵੇਂ ਕਿਵੇਂ ਨੇ ਉਹ ਸਾਰੀ ਘਟਨਾ ਕੀਤੀ ਆ। ਪਰ ਗੁਰੂ ਸਾਹਿਬ ਜੀ ਦੀ ਬੇਅਦਬੀ ਤੋਂ ਬਚ ਗਏ, ਸਤਰਕ ਜਿਹੜੇ ਉੱਥੇ ਸਾਡੇ ਸੀਗੇ ਸੇਵਾਦਾਰ ਉਹਨੇ ਫੜ ਲਿਆ। ਸੋ ਉਹਦੀ ਜਿਹੜੀ ਉਹਦੀ ਕੀਤੇ ਦੀ ਸਜ਼ਾ ਮਿਲ ਗਈ। ਸਰਕਾਰ ਹੁਣ ਆਪਣਾ ਜਿਹੜਾ ਹੈਗਾ ਰੋਲ ਅਦਾ ਕਰੇ, ਉਹ ਰੋਲ ਕੀ ਆ ਵੀ ਇਹਦਾ ਸਾਰੇ ਦਾ ਸਾਰਾ ਪਤਾ ਕਰੇ, ਜਿੱਥੋਂ ਸਾਡੇ ਕੋਲੋਂ ਕੋਈ ਇਨਫੋਰਮੇਸ਼ਨ ਲੈਣੀ ਆ ਉਹ ਸਾਡੀ CCTV ਫੁਟਿੰਗ ਜਿਹੜੀ ਸਾਡੇ ਕੋਲ ਆਲਰੇਡੀ ਪਈ ਆ ਉਹਦਾ ਅਸੀਂ ਕੋਪਰੇਸ਼ਨ ਕਰਾਂਗੇ। ਅਤੇ ਜਿਹੜੇ ਇਹ ਆ ਸਰਕਾਰ, ਦੇਖੋ ਮੈਂ ਇੱਕ ਸਤਰਕ ਤੌਰ ਦੇ ਉੱਤੇ ਸਖ਼ਤ ਤਾੜਨਾ ਵੀ ਕਰਦਾ ਵੀ ਜੇ ਆਪਾਂ ਇੱਦਾਂ ਦੇ ਇੰਸੀਡੈਂਟ, ਪਹਿਲਾਂ ਤਖ਼ਤ ਕੇਸਗੜ੍ਹ 'ਤੇ ਹੋ ਗਈ, ਇਹਦੇ ਪਿੱਛੇ ਬਹੁਤ ਵੱਡੀ ਸਾਜਿਸ਼ ਆ। ਆਹ ਹੁਣ ਆਉਣ ਵਾਲੀ ਕਿਉਂਕਿ ਚੋਣ ਆ ਗਈ ਆ ਅਤੇ ਚੋਣ ਸਮੇਂ ਇਹਨਾਂ ਦੇ ਵਿੱਚ ਤੇਜ਼ੀ ਆ ਗਈ ਆ, ਇਹ ਤੋਂ ਸਤਰਕ ਹੋਵੋ, ਲੋਕਾਂ ਦੇ ਜਜ਼ਬਾਤਾਂ ਨੂੰ ਨਾ ਭੜਕਾਓ, ਨਹੀਂ ਤਾਂ ਅੱਗੇ ਆਪਾਂ ਹਾਲ ਦੇਖੇ ਆ ਕਿਵੇਂ ਗੁਰੂ ਦੀ ਬੇਅਦਬੀ ਨੂੰ ਕਿਸੇ ਸਿੱਖ ਨੇ ਜਾਂ ਕਿਸੇ ਸੰਗਤ ਨੇ ਬਰਦਾਸ਼ਤ ਨਹੀਂ ਕਰਨਾ। ਸੋ ਇਹਨਾਂ ਨੂੰ ਤੁਰੰਤ ਸਰਕਾਰ ਨੂੰ ਵੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਆ, ਪੁਲਿਸ ਨੂੰ ਵੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ। ਇਹ ਸਾਜਿਸ਼ ਜਿਹੜੀ ਆ ਪੁਰਜ਼ੋਰ ਮੇਰੀ ਮੰਗ ਆ ਵੀ ਇਹਨੂੰ ਨੰਗਾ ਕਰਕੇ ਇਹ ਕਿੱਥੋਂ ਬੰਦਾ ਆਇਆ ਅਤੇ ਇਹਦਾ ਪਿਛੋਕੜ ਕੀ ਆ ਅਤੇ ਕਿੱਥੇ ਇਹਦਾ ਲਿੰਕ ਜਾ ਕੇ ਜੁੜਿਆ, ਉਹ ਜਿਹੜਾ ਜ਼ਰੂਰ ਪਤਾ ਕਰਨਾ ਚਾਹੀਦਾ। ਸੋ ਸੰਗਤ ਨੂੰ ਫਿਰ ਦੁਬਾਰਾ ਤੋਂ ਬੇਨਤੀ ਕਰਦਾ ਕਿ ਆਪਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦਾ ਜਿਹੜਾ ਪ੍ਰਬੰਧ, ਸ਼੍ਰੋਮਣੀ ਕਮੇਟੀ ਦਾ ਸਮੁੱਚਾ ਪ੍ਰਬੰਧ,
चाहे वह तख्त केसगढ़ आ चाहे दमदमा साहब आ, असी अपने मैनेजर साहबानों भी हदायत की आ। तो दो दिन लगातार तो टास्क फोर्स जी दरबार साहब की उन्होंने भी सकत्र साहबाना ने साडिया ने मीटिंग कीतिया, जिड़ी को थोड़ी बहुती उन्होंने ढिल सी वो सारी दूर की आ कि तुसी पवित्र सरोवर के दुआले भी तो सचखंड के पिछे जिले आप एंटर होंने दो बंदे सिंह साहब के पिछे होंगे दो टास्क फोर्स के असं हम मोरले पास जिते नमस्कार लोग करते उत्थे लाए आ। तो खुफिया तौर पर भी साढ़े साढ़े को जिदा विजिलेंस विभाग होंगे वह भी असं हम बधा रहे हैं।